ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟਮ ਰੂਪ ਕਪਟਮ ਧਨ ਕਪਟਮ ਕੁਲ ਗਰਬਤੇ ਸੰਚਿਤ ਬਿਖਿਆ ਸ਼ਲਮ ਛਿਦਰਮ ਨਾਨਕ ਬਿਨ ਹਰ ਸੰਗ ਨ ਚਾਲਤੇ। ਰਾਜ ਕਪਟਮ ਰੂਪ ਕਪਟਮ ਧਨ ਕਪਟਮ ਕੁਲ ਗਰਬਤੇ ਸੰਚਿਤ ਬਿਖਿਆ ਸ਼ਲਮ ਛਿਦਰਮ ਨਾਨਕ ਬਿਨ ਹਰ ਸੰਗ ਨ ਚਾਲਤੇ। ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ। ਪੌੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ। ਹਰ ਬਿਸਰੀਏ ਕਿਉਂ ਤ੍ਰਿਪਤਾਵੇ ਨਾ ਮਨ ਰੰਜੀਐ। ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ। ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ। ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ। ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਹੇ ਨਾਨਕ, ਇਹ ਰਾਜ ਰੂਪ ਧਨ ਅਤੇ ਉੱਚੀ ਕੁਲ ਦਾ ਮਾਣ ਸਭ ਛਲ ਰੂਪ ਹੈ। ਜੀਵ ਛਲ ਕਰਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਨਾਲ ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਇੱਥੋਂ ਨਹੀਂ ਜਾਂਦੀ। ਤੁਮਾ ਵੇਖਣ ਨੂੰ ਮੈਨੂੰ ਸੋਹਣਾ ਦਿਸਿਆ ਕਿ ਇਹ ਉਕਾਈ ਲੱਗ ਗਈ, ਇਸ ਦਾ ਤਾਂ ਅੱਧੀ ਕੋਟੀ ਵੀ ਮੁੱਲ ਨਹੀਂ ਪੈਂਦਾ। ਹੇ ਨਾਨਕ, ਇਹੀ ਹਾਲ ਮਾਇਆ ਦਾ ਹੈ। ਜੀਵ ਦੇ ਭਾਅ ਦੀ ਇਹ ਕੋਟੀ ਮੁੱਲ ਦੀ ਨਹੀਂ ਹੁੰਦੀ, ਕਿਉਂਕਿ ਇੱਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ। ਇਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ ਜਗਤ ਤੋਂ ਤੁਰਨ ਵੇਲੇ ਨਾਲ ਨਹੀਂ ਜਾਂਦੀ, ਇਸ ਤੋਂ ਆਖਿਰ ਵਿਛੜ ਹੀ ਜਾਣਾ ਹੈ। ਇਸ ਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ। ਪ੍ਰਭੂ ਨੂੰ ਵਿਸਾਰਿਆ ਨਿਰੀ ਮਾਇਆ ਨਾਲ ਰੱਜੀ ਦਾ ਵੀ ਨਹੀਂ ਹੈ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ। ਹੇ ਪ੍ਰਭੂ, ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।